ਤਾਂ ਸਮਾਜ ਦੇ ਗਰੀਬ ਵਰਗਾਂ ਦੀ ਭਲਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਸ਼ੀਰਵਾਦ ਸਕੀਮ ਅਤੇ ਐਸਸੀ ਵਜ਼ੀਫੇ ਦੀ ਰਕਮ ਲਈ ਪੈਂਡਿੰਗ ਪਈ 72,060 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਗ੍ਰਾਂਟ ਵਿੱਚੋਂ 52,042 ਕਰੋੜ ਰੁਪਏ ਆਸ਼ੀਰਵਾਦ ਸਕੀਮ ਲਈ ਜਾਰੀ ਕੀਤੇ ਗਏ ਹਨ, ਜੋ ਕਿ ਸੂਬੇ ਭਰ ਦੇ ਤਕਰੀਬਨ 26,000 ਲਾਭਪਾਤਰੀਆਂ ਲਈ ਹਨ।